ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੁਹਾਨੂੰ ਮੂਲੀ ਵਾਲੇ ਪਰੌਂਠੇ ਬਣਾ ਕੇ ਦਿਖਾਵਾਂਗੇ। ਉਹਦੇ ਲਈ ਆਪਾਂ ਨੂੰ ਮੂਲੀ ਚਾਹੀਦੀ ਹੈ। ਉਹਦੇ ਵਿੱਚ ਦੀਦੀ ਨੇ ਨਮਕ ਅਤੇ ਮਿਰਚ ਅਤੇ ਹਲਦੀ ਐਡ ਕੀਤੀ ਹੋਈ ਹੈ। ਹੁਣ ਦੀਦੀ ਉਹਦੇ ਵਿੱਚ ਇੱਕ ਪਿਆਜ਼ ਐਡ ਕਰ ਦੇਣਗੇ। ਹੁਣ ਦੀਦੀ ਉਹਦੇ ਵਿੱਚ ਹਰੀ ਮਿਰਚਾਂ ਦੋ ਕਟਿੰਗ ਕੀਤੀਆਂ ਹੋਈਆਂ ਉਹ ਐਡ ਕਰ ਦੇਣਗੇ। ਹਰਾ ਧਨੀਆ ਇਹ ਉਹਦੇ ਵਿੱਚ ਐਡ ਕਰ ਦੇਣਗੇ। ਉਹਨੂੰ ਚੰਗੀ ਤਰ੍ਹਾਂ ਨਾਲ ਉਹ ਮਿਕਸ ਕਰ ਲੈਣਗੇ। ਇਹ ਮੂਲੀ ਵਾਲੇ ਪਰੌਂਠੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਨੇ ਅਤੇ ਬਹੁਤ ਹੀ ਜ਼ਿਆਦਾ ਈਜ਼ੀ ਨੇ। ਹੁਣ ਦੀਦੀ ਨੇ ਆਟਾ ਗੁੰਨਿਆ ਹੋਇਆ ਅਤੇ ਦੀਦੀ ਆਪਾਂ ਨੂੰ ਮੂਲੀ ਵਾਲੇ ਪਰੌਂਠੇ ਬਣਾ ਕੇ ਦਿਖਾਣਗੇ। ਦੀਦੀ ਡਬਲ ਰੋਟੀ 'ਚ ਪਾ ਕੇ ਦਿਖਾਣਗੇ। ਉਹਨਾਂ ਨੇ ਦੋ ਪੇੜੇ ਲਿੱਤੇ ਨੇ, ਉਹ ਡਬਲ 'ਚ ਪਾ ਕੇ ਦਿਖਾਣਗੇ। ਪਾਤਾ ਸਿੰਗਲ 'ਚ ਵੀ ਲੈਂਦੇ ਹਾਂ ਆਪਾਂ, ਪਰ ਡਬਲ 'ਚ ਜ਼ਿਆਦਾ ਟੇਸਟੀ ਲੱਗਦੇ ਨੇ। ਆਹ ਦੇਖੋ ਇੱਦਾਂ ਕਰਕੇ। ਚੰਗੀ ਤਰ੍ਹਾਂ ਨਾਲ ਦੇਖੋ ਫਰੈਂਡ, ਚੰਗੀ ਤਰ੍ਹਾਂ ਨਾਲ ਉਹ ਪੂਣਿਆਂ ਨੂੰ ਚੰਗੀ ਤਰ੍ਹਾਂ ਨਾਲ ਦੱਬ ਦੇਣਗੇ ਕਿਉਂਕਿ ਬਾਹਰ ਨਾ ਨਿਕਲੇ ਮੂਲੀ। ਚੰਗੀ ਤਰੀਕੇ ਨਾਲ ਆਪਾਂ ਇਹਨੂੰ ਘੀ ਲਗਾ ਦਾਂਗੇ। ਆਪਾਂ ਦੇਸੀ ਘੀ ਵੀ ਯੂਜ਼ ਕਰ ਸਕਦੇ, ਉਹ ਵੀ ਆਪਾਂ ਨੂੰ ਟੇਸਟੀ ਲੱਗਦਾ ਆਪਾਂ ਉਹ ਵੀ। ਆ ਦੇਖੋ ਕਿੰਨਾ ਵਧੀਆ ਪਰੌਂਠਾ ਬਣਿਆ, ਬੜਾ ਈਜ਼ੀ ਹੈ, ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਨਾ। ਇਹ ਬਣ ਕੇ ਤਿਆਰ ਹੋ ਚੁੱਕਿਆ ਹੈ। ਹੁਣ ਇਹ ਖਾਣ ਲਈ ਰੈਡੀ ਹੋ ਚੁੱਕਿਆ ਹੈ। ਹੁਣ ਦੀਦੀ ਦੂਜਾ ਪਰੌਠਾ ਬਣਾ ਕੇ ਦਿਖਾਣਗੇ। ਜਿੱਦਾਂ ਆਪਾਂ ਨੇ ਪਹਿਲੇ ਪਰੌਂਠੇ ਪਾਇਆ ਸੀਗਾ ਉੱਦਾਂ ਹੀ ਆਪਾਂ ਦੂਜੀ ਰੋਟੀ ਵਿੱਚ ਪਾ ਲੈਣਾ ਹੈ। ਦੋਨਾਂ ਰੋਟੀਆਂ ਨੂੰ ਆਪਾਂ ਨੇ ਵੇਲ ਕੇ ਫਿਰ ਦੂਜੀ ਰੋਟੀ ਉਹਦੇ ਉੱਤੇ ਕਰ ਦੇਣੀ ਹੈ। ਬੜਾ ਈਜ਼ੀ ਹੈ, ਚੰਗੀ ਤਰੀਕੇ ਨਾਲ ਆਪਾਂ ਨੇ ਸਾਰੇ ਕੁਣੇ ਦਬਾ ਦੇਣੇ ਨੇ।
ਪਹਿਲਾਂ ਵਾਂਗ ਹੀ ਆਪਾਂ ਨੇ ਬੱਚਾ ਪਾਲਟੀ ਬੜੀ ਖੁਸ਼ ਹੋ ਕੇ ਖਾਂਦੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਬੱਚੇ ਦੇਸੀ ਘੀ ਪਸੰਦ ਨਹੀਂ ਕਰਦੇ ਤੇ ਤੋਂ ਪਹਿਚਾਣ ਜਾਂਦੇ ਨੇ ਕਿ ਮੰਮਾ ਤੁਸੀਂ ਤਾਂ ਦੇਸੀ ਘੀ ਲਗਾ ਦਿਆ ਅਸੀਂ ਨਹੀਂ ਖਾਣਾ ਹੈਗਾ ਇਸ ਲਈ ਆਪਾਂ ਡਾਲਡਾ ਘੀ ਹੁਣ ਆਪਾਂ ਇਹਦੇ ਘੀ ਲਗਾਵਾਂਗੇ ਚੰਗੀ ਤਰੀਕੇ ਨਾਲ ਆਪਾਂ ਇਹਨੂੰ ਘੀ ਲਗਾ ਦਾਂਗੇ ਆ ਦੇਖੋ ਕਿੰਨਾ ਵਧੀਆ ਪਰੌਂਠਾ ਬਣਿਆ ਬੜਾ ਈਜੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਨਾ ਇਹ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਇਹ ਖਾਣ ਲਈ ਰੈਡੀ ਹੋ ਚੁੱਕਿਆ ਹੈ ਹੁਣ ਦੀਦੀ ਦੂਜਾ ਪਰੌਂਠਾ ਬਣਾ ਕੇ ਦਿਖਾਣਗੇ ਆਪਣੀ ਮੂਲੀ ਵਾਲੇ ਪਰੌਂਠੇ ਬਣ ਕੇ ਤਿਆਰ ਹੋ ਚੁੱਕੇ ਨੇ ਆਪਾਂ ਇਹਨੂੰ ਦਹੀਂ ਨਾਲ ਵੀ ਖਾ ਸਕਦੇ ਹਾਂ ਅਤੇ ਮੱਖਣ ਨਾਲ ਵੀ ਖਾ ਸਕਦੇ ਹਾਂ ਇਹ ਬਹੁਤ ਹੀ ਟੇਸਟੀ ਲੱਗਦੇ ਨੇ ਆਪਣੀ ਚੋਇਸ ਆਪਾਂ ਹਰੀ ਮਿਰਚ ਵੀ ਲੈ ਸਕਦੇ ਹਾਂ ਤਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਕਮੈਂਟ ਕਰ ਦੱਸਣਾ ਕਿ ਤੁਹਾਨੂੰ ਕਿਹੋ ਜਿਹੀ ਲੱਗੀ ਅੱਜ ਆਪਾਂ ਤੁਹਾਨੂੰ ਘੋੜੀਆਂ ਅਤੇ ਸੁਹਾਗ ਦਿਖਾਵਾਂਗੇ ਕਿ ਪਹਿਲੇ ਸਿਆਣੇ ਕਿਵੇਂ ਗਾਉਂਦੇ ਸੀਗੇ ਮੇਰੇ ਬੇਬੇ ਜੀ ਨੂੰ ਸਾਰੇ ਯਾਦ ਨੇ ਅਤੇ ਉਹ ਤੁਹਾਨੂੰ ਗਾ ਕੇ ਸੁਣਾਉਣਗੇ ਬੇਬੀ ਜੀ ਸੁਣਾਓ ਤੁਸੀਂ ਕਿਵੇਂ ਗਾਉਂਦੇ ਸੀਗੇ ਘੋੜੀ ਤੋਂ ਜੜੀ ਮੇਰੇ ਲਾਡਲਿਆ ਘੋੜੀ ਤੋਂ ਜੜੀ ਮੇਰੇ ਲਾਡਲੇ ਗਲੇ ਚੜ ਜਾਊਗਾ ਤੇਰਾ ਬਾਬਾ ਵੀਰਾ ਗਲੇ ਚੜ ਜਾਊਗਾ ਤੇਰਾ ਬਾਬਲ ਵੀਰਾ ਕੋੜੇ ਸੁਣੇਗੇ ਪੌੜ ਬਾਜਣਗੇ ਦਮ ਖਾਣਗੇ ਤੇਰੇ ਲਾਡਲੇ ਜੇ ਬਾਬੇ ਵੀਰਾ ਤੇਰੇ ਲਾਡਲੇ ਜੇ ਬਾਬਲ ਵੀਰਾ ਕੋੜੀ ਤੋਂ
ਜੜੀ ਮੇਰੇ ਲਾਡਲਿਆ ਥੋੜੀ ਤੂੰ ਜੜੀ ਮੇਰੇ ਲਾਡਲਿਆ ਗਲੇ ਚੜ ਜਾਊਗਾ ਤੇਰਾ ਵੀਰਾ ਵੀਰਾ ਗਲੇ ਚੜ ਜਾਊਗਾ ਤੇਰਾ ਚਾਚਾ ਵੀਰਾ ਕੋੜੇ ਹੀਣ ਸੁਣੇਗੇ ਪੌੜੇ ਬਚਣਗੇ ਦਮ ਖਰ ਦੇਣਗੇ ਤੇਰੇ ਲਾਡਲੇ ਜੇ ਵੀਰੇ ਵੀਰਾ ਤੇਰੇ ਲਾਡਲੇ ਜੇ ਚਾਚੇ ਵੀਰਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।